ਜਪੀਏ ਨਾਉ ਸਾਧ ਸੰਗ ਤੁਮਰੇ ਗੁਣ ਗਾਉ ਮੇਰੀ ਕਿਰਪਾ ਜਪੀਏ ਨਾਉ ਸਾਧ ਸੰਗ ਹਾਰਾ ਹਮ ਤੇਰੇ
Oh,
ਕੀ ਪਾਸ ਸੁਖ ਦਾਤਾ ਪੈ ਭਜਨੋ ਇਸਿਆ ਕੈ ਕਰ ਅਰਦਾਸ ਮੇਰ ਕਰੇ ਜਿਸ ਨੇ ਹਰਵਾ ਪਰ ਪਾਰ ਜਿਆਵੇ ਸਭ
ਕਿਛ ਕੀਤਾ ਤੇਰਾ ਹੋਵੇ ਨਾਹੀਂ ਕਛ ਸਾਰਾ ਜੀਓ ਅਰਦਾਸ ਪਿਆਰੇ।
तुम्हारे
नानक ਗੁੰਝਲਦਾਰ ਹੈ ਜੀਵਨ, ਇਹ ਦੁਨੀਆਂ ਵੀ ਗੁੰਝਲਦਾਰ ਹੈ, ਗੁਜ਼ਾਰਤੀ
ਪ੍ਰੋਫੈਸਰ ਮੋਹਨ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ ਵੀ ਰੱਬ ਇੱਕ ਗੁੰਝਲ ਦਾਰ ਮੁਹਾਰਤ, ਰੱਬ ਇੱਕ ਗੋਰਖ ਧੰਦਾ। ਗੋਰਖ ਧੰਦਾ ਵੀ ਖੇਡ ਹੁੰਦੀ, ਜਿਹਨੂੰ ਖੇਡਦੇ ਸੀ ਲੋਕ, ਸਮਝਦੇ ਆ। ਰੱਬ ਇੱਕ ਗੁੰਝਲ ਦਾਰ ਮੁਹਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸਦੇ ਕਾਫਰ ਹੋ ਜਾ ਬੰਦਾ। ਜੀਵਨ ਦੀਆਂ ਉਲਝਣਾਂ ਤੇ ਰੱਬ ਦੇ ਪੇਚ ਪਏ ਹੋਏ, ਜਦੋਂ ਖੋਲਣ ਦਾ ਯਤਨ ਕਰਦਾ ਕਾਫਰ ਹੋ ਜਾਂਦਾ, ਕਾਮਯਾਬੀ ਮਿਲਦੀ ਨਹੀਂ, ਕਿਉਂਕਿ ਬੜੀ ਬਰੀਕ ਹੈ ਬਾਣੀ, ਬੜੀ ਬਾਰੀਕ ਹੈ ਗੁਰਸਿੱਖੀ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਕਿਹਾ ਵੀ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਅੱਤ ਵਾਲੋਂ ਨਿੱਕੀ। ਗੁਰਸਿੱਖੀ ਨੂੰ ਕਮਾਉਣਾ, ਗੁਰਸਿੱਖੀ ਦੇ ਰਸਤੇ ਉੱਤੇ ਤੁਰਨਾ, ਖੰਡੇ ਦੀ ਧਾਰ 'ਤੇ ਤੁਰਨ ਵਾਲੀ ਗੱਲ ਹੈ। ਜਿਹੜੇ ਤੁਰੇ ਨੇ ਸਵਾਦ ਉਹ ਹੀ ਜਾਣਦੇ ਨੇ, ਜਿਹੜੇ ਤੁਰ ਪਏ ਉਹਨਾਂ ਆ ਰਿਹਾ ਥੱਲੇ ਬਹਿ ਕੇ ਵੀ ਦੋ ਫਾੜ ਕਰਾ ਕੇ ਵੀ ਕਿਹਾ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਕਜਲੇ ਪੇਟੀ ਛੁੱਟੀ ਨਾਲ। ਖੋਪੜੀ ਉਤਰ ਜਾਣ ਤੇ 22 ਦਿਨ ਬਾਅਦ ਇਹ ਗੱਲ ਜ਼ਬਾਨ ਤੋਂ ਕਹੀ ਵੀ ਸੂਬੇ ਦੀ ਉਮਰ ਅਜੇ 2 ਦਿਨ ਹੋਰ ਬਾਅਦ ਬਾਕੀ ਹੈ, ਇਹ 2 ਦਿਨ ਹੋਰ ਮੈਂ ਆਪਣੇ ਪ੍ਰਾਣਾਂ ਨੂੰ ਦੇਹ ਚੋਂ ਨਿਕਲਣ ਦੀ ਆਗਿਆ ਨਹੀਂ ਦੇਣੀ। ਤੇ ਪਰੇ ਦੀ ਗੱਲ ਹੈ, ਸਿੱਖੀ ਪਖੰਡ ਦਾ ਨਾਂ ਨਹੀਂ, ਸਿੱਖੀ ਭੇਖ ਦਾ ਨਾਂ ਨਹੀਂ, ਸਿੱਖੀ ਸਿਦਕ ਦਾ ਨਾਂ। ਸਿਦਕ ਦਾ ਜਿਹੜੇ ਸਿੱਖ ਦਾ ਸਿਦਕ ਡੋਲ ਗਿਆ ਉਹਦੀ ਸਿੱਖੀ ਨੂੰ ਤਾਂ ਖਬਰ ਹੀ ਖਤਰ। ਸਿੱਖੀ ਭਰੋਸੇ ਦਾ ਨਾਂ, ਸਿੱਖੀ ਸਿਦਕ ਭਰੋਸਾ ਇਹਨੇ ਆ ਰਿਹਾ ਰੋਜ਼ ਕਹਿੰਦੇ ਆ ਨਾਲ, ਜਿਹੜੇ ਆਲਿਆਂ ਨਾਲ ਚਰਾਏ ਗਏ, ਡੰਡਿਆਂ ਨਾਲ ਖੋਪਰ ਉਤਰ ਗਏ, ਡੇਗਾਂ ਵਿੱਚ ਉਬਾਲ ਗਏ, ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਆਪ ਜੀ ਦੀਆਂ ਬੱਚੀਆਂ ਨੇ ਝੋਲੀਆਂ 'ਚ ਪਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗਣ ਲਈ, ਕੇਸਾਂ ਸਵਾਸਾਂ ਸੰਗਣ ਸਾਹਿਬ ਲਾਈਏ ਤੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਇਹ ਖਾਲਸਾ ਕੀ ਅਰਦਾਸ ਹੈ ਕਿ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਅਨੰਨ ਕਮਾਈ, ਜਿਹਨਾਂ ਸਿੱਖੀ ਨੂੰ ਕਮਾਇਆ ਨਾ, ਉਹਨਾਂ ਦੀ ਕੀਤੀ ਹੋਈ ਕਮਾਈ ਆਪਾਂ ਖਾ ਰਹੇ ਹਾਂ। ਹੁਣ ਸਿੱਖੀ ਸਾਡੇ ਪਤੇ ਹੈ ਨਹੀਂ, ਇਹ ਸਪਸ਼ਟ ਬਾਤ ਹੈ, ਕਿਉਂਕਿ ਇਹਦੇ ਗੁਰੂ ਜਾਣੇ ਸਿੱਖੀ ਦਾ ਬੀਜ ਨਾਜ ਨਹੀਂ। ਅਰੈਸਾ ਸਿੱਖੀ ਦੀ ਕਸ਼ਤੀ ਜਿਹੜੀ ਹੈ ਡਾਵਾਂ ਡੋਲ, ਬੜੀ ਔਖੀ ਬਾਤ ਹੈ, ਗੱਲਾਂ ਰਹਿ ਗਈਆਂ ਤੇ ਪ੍ਰੈਕਟੀਕਲ ਨਹੀਂ ਰਹੇ। ਸਿੱਖ ਖੜਾ ਹੈ, ਸਮਾਪਤੀ ਕਰ ਰਿਹਾ, ਸਿੱਖ ਖੜਾ ਗੁਰੂ ਨਾਲ ਮੁਕਾਬਲਾ ਲਾ ਬੈਠਾ ਵੀ ਢਾਲ ਪੱਕੀ ਬੜੀ ਹੈ ਤੇ ਗੁਰੂ ਸਾਹਿਬ ਕਹਿੰਦੇ ਢਾਲ ਕੱਚੀ ਹੈ, ਇੰਨੀ ਪੱਕੀ ਨਹੀਂ। ਤੇ ਸੰਗਤ ਵਿੱਚ ਐਲਾਨ ਕਰ ਦਿੱਤਾ ਗੁਰੂ ਸਾਹਿਬ ਤੇ ਕੱਲ੍ਹ ਸਵੇਰ ਨੂੰ 4:30 ਤੋਂ 8:30 ਤੱਕ ਸ੍ਰੀ ਆਸਾਈ ਦੀਵਾਰ ਦਾ ਸੰਪੂਰਨ ਕੀਰਤਨ, ਜਿਹਦੇ ਨਾਲ ਸਾਡੀ ਸਾਂਝ ਟੁੱਟਦੀ। 8:30 ਤੋਂ ਬਾਅਦ ਅਤਾਸ ਦੀ ਕਥਾ ਵਿਚਾਰ ਤੇ ਉਪਰੰਤ ਭਾਈ ਲਾਲ ਸਿੰਘ ਜੀ ਢਾਲ ਦੀ ਪਰਖ ਕਰਾਂਗੇ। ਤੇ ਜਦੋਂ ਬਾਹਰ ਨਿਕਲੇ ਨਾ ਤੇ ਸਖੀਆਂ ਸਹੇਲੀਆਂ ਮਿਲ ਪਈਆਂ, ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ,
ਜਿਹੜੀਆਂ ਨੂੰ ਭਾ ਗਈਆਂ, ਜਿਹੜੀਆਂ ਨੂੰ ਚੰਗੀਆਂ ਲੱਗੀਆਂ। ਹਰ ਦਰਗਾਹ ਪੈਣਾਈਆ, ਹਰ ਆਪ ਗੱਲ ਲਾਈਆ। ਜਿਹਨਾਂ ਵਾਰੀ ਪਰਮਾਤਮਾ ਦੀ ਦਰਗਾਹ ਜੇ ਥਾਂ ਮਿਲ ਗਈ ਤੇ ਉਹਨਾਂ ਨੂੰ ਭਾ ਗਿਆ ਤੇ ਉਹਨਾਂ ਨੂੰ ਗੱਲ ਲਾ ਲਿਆ ਪਰਮੇਸ਼ਰ ਨੇ, ਉਹ ਮਿਲ ਪਈਆਂ। ਕਹਿਣ ਲੱਗੇ ਪਿਆਰਿਆ ਸਖਤ ਗੱਲ ਹੈ ਤੇਰੀ, ਤੇ ਗੁਰੂ ਸਾਹਮਣੇ ਤੇਰੀ ਢਾਲ ਕਿਵੇਂ ਮੁਕਾਬਲਾ ਕਰੇ? ਅਜਦਾ ਦਾਗ ਹੋਇਆ, ਤੰਬੂ ਵਿੱਚ ਆ ਗਿਆ, ਆਇਆ ਸੀ ਲਾਹੌਰ ਤੋਂ, ਪਿਸ਼ਾਵਰ, ਕੋਠੋਵਾਲ, ਦੜਪ, ਕਾਬਲ, ਕੰਧਾਰ, ਇਹ ਸੰਗਤਾਂ ਮਿਲ ਕੇ ਗੁਰੂ ਦੇ ਦਰਸ਼ਨਾਂ ਨੂੰ ਹਰ ਸਾਲ ਆਉਂਦੇ ਨੇ। ਤੇ ਗੁਰੂ ਦਾ ਹੁਣ ਸੰਦੇਸ਼ ਸੀ ਵੀ ਗਰੀਬੋਂ ਕੀ ਲਾਚਾਰੋਂ ਕੀ ਨਹੀਂ ਇਹ ਦੁਨੀਆ, ਇਹ ਦੁਨੀਆ ਹਿੰਮਤ ਵਾਲੋ ਕੀ, ਇਹ ਦੁਨੀਆ ਤਾਕਤ ਵਾਲੋ ਕੀ। ਹੁਣ ਸਮਾਂ ਆ ਗਿਆ, ਚੁੰਕਾ ਅਲਹਮਾ ਹੀ ਤੇ ਦਰ ਗੁਜਸ ਆਰਾਮ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਜਦੋਂ ਧਰਮ ਖਤਰੇ ਵਿੱਚ ਹੋਵੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਦੋਂ ਫਿਰ ਤਲਵਾਰ ਦੇ ਮੁੱਦੇ ਤੇ ਹੱਥ ਆ ਜਾਣਾ ਚਾਹੀਦਾ। ਇਹ ਉਦੋਂ ਦੀ ਗੱਲ ਜੀ, ਉਦੋਂ ਤਲਵਾਰ ਦੀ ਹੁਣ ਹੋਰ ਸ਼ਸਤਰ ਨੇ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਇਹ ਸੰਦੇਸ਼ ਗੁਰੂ ਘਰ ਵਿੱਚੋਂ ਮਿਲਦਾ। ਇਹ ਸੰਦੇਸ਼ ਨੂੰ ਪਰਉਪਕਾਰ ਕਮਾਉਣ ਵਾਸਤੇ ਗੁਰੂ ਦੀ ਖੁਸ਼ੀ ਲੈਣ ਵਾਲੇ ਸਿੱਖ ਆਇਆ ਸੀ, ਬਣ ਗਿਆ ਮਨਸਾ ਦਾ ਪਾਪੀ। ਤੰਬੂ ਵਿੱਚ ਤਾਂ ਮਨ ਬੜਾ ਟੁੱਟਿਆ ਸੀ, ਧਰਮ ਪਤਨੀ ਬੜੀ ਸਿਆਣੀ ਸੀ। ਦੇਖੋ ਦੋ ਜੀਵਨ ਦੇ ਪੱਗ ਨੇ, ਰੱਥ ਦੇ ਦੋ ਪਹੀਏ, ਪਤੀ ਪਤਨੀ, ਗ੍ਰਸਥੀ ਰੱਥ। ਪਤੀ ਪਤਨੀ ਦਾ ਮੇਲ ਹੋਵੇ, ਗੁਰਮਤ ਵਿਚਾਰ ਹੋ ਜਾਵੇ, ਵਿਚਾਰ ਸਾਂਝਾ ਹੋ ਜਾਵੇ ਤੇ ਬੇੜਾ ਬੰਨੇ ਲੱਗ ਜਾਂਦਾ। ਕਹਿਣ ਲੱਗੀ ਪਤੀ ਜੀ ਮਨਸਾ ਦੇ ਪਾਪੀ ਬਣ ਗਏ, ਉਹ ਆਏ ਸਭ ਖੁਸ਼ੀ ਲੈਣ, ਤੇ ਪਰ ਇੱਕ ਗੱਲ ਯਾਦ ਹੈ ਤੇ ਬਖਸ਼ੇ ਜਾ ਸਕਦੇ। ਸਾਨੂੰ ਸੰਗਤ ਨੇ ਸਮਝਾਇਆ, ਸਿੱਖਾਂ ਨੇ ਬੇਨਤੀ ਕੀਤੀ, ਇਹ ਮੁਕਾਬਲਾ ਗੁਰੂ ਨਾਲ ਕੁਝ ਨਹੀਂ ਆਉਣਾ। ਨਾਉ ਤਰੀਕ ਸਿੱਖਾ, ਤੇਰੀ ਮੱਤ ਮਾਰੀ ਐਵੇਂ ਆਪਣੀ ਸਿੱਖੀ ਤੇ ਫੁੱਲ ਦਾਏ। ਤੈਨੂੰ ਪਤਾ ਨਹੀਂ ਸਿੱਖੀ ਦਾ ਮੁੱਲ ਕੀ ਹੈ ਤੇ ਤੂੰ ਕਿਹੜੇ ਵਿੱਚੋਂ ਮੁੱਲਦਾ ਹੈ। ਉਹ ਝੂਠਿਆ ਮੋਤੀਆ ਕੱਚ ਦਿਆ ਲਾਦਾ ਨਾਲ ਚੋਂ ਮੂਰਖਾ ਤੁਲਦਾ ਹੈ। ਝਾਤੀ ਆਪਣੇ ਆਪ ਵਿੱਚ ਮਾਲ ਤੇ ਸਹੀ ਸੱਚਾ ਸਿੱਖ ਜਾ ਕੇ ਐਵੇਂ ਭੁੱਲਦਾ। ਤੇ ਪਤਾ ਲੱਗ ਗਿਆ ਤੇ ਧਰਮ ਪਤਨੀ ਵੱਲੋਂ ਆਵਾਜ਼ ਆਈ ਕੰਨਾਂ ਵਿੱਚ, ਜਿਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮਰਿਆਦਾ ਬਣਾਈ ਹੈ ਨਾ, ਉਹਨਾਂ ਇੱਕ ਬਚਨ ਵੀ ਲਿਖਿਆ ਰਾਤਨਾਮੇ ਵਿੱਚ, ਇਹ ਗੁਰ ਘਰ ਕੀ ਬਰ ਜਾਦਾ ਪਾਂਚੋ ਪਾਂਚੋ ਪੌਲ ਪੂਰਬ ਪੀਰ। ਗੁਰੂ ਘਰ ਦੀ ਇਹ ਮਰਿਆਦਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਰ ਦਰਗਾ ਮਾਨ, ਪੰਜ ਪ੍ਰਵਾਨ। ਤੇ ਗੁਰੂ ਸਾਹਿਬ ਨੇ ਪੰਜ ਹੀ ਚੁਣੇ, 80,000 ਦੀ ਗਿਣਤੀ ਸੀ, ਪੰਜ ਹੀ ਉੱਠੇ ਨਾ, ਗਿਣਤੀ ਦੀ ਲੋੜ ਹੀ ਨਹੀਂ। ਥੋੜ੍ਹੇ ਹੋ ਜਾਓ ਪਰ ਹੋਵੋ ਸਿੱਖ, ਬਹੁਤਿਆਂ ਦੀ ਲੋੜ ਹੈ। ਤੁਹਾਡੇ ਹਰਭਜਨ ਸਿੰਘ ਜੋ ਵੀ ਉਹਨਾਂ ਦਾ 3 ਮਹੀਨੇ ਮੈਂ ਰਿਹਾ ਮਲੇਸ਼ੀਆ ਪ੍ਰਚਾਰ ਦੌਰੇ 'ਤੇ, ਉਹ ਕਹਿੰਦੇ ਮਿਲਣ ਵੀ ਤੁਹਾਡਾ ਮੇਰਾ ਪੁਰਾਣੇ ਪ੍ਰਸ਼ਾਦ ਦਿੰਦੇ ਸਿੱਖ ਤੁਰੇ ਵਜੋਂ, ਕਾਹਦੀ ਲੋੜ ਪਈ ਹੈ ਇੱਧਰ। ਪੱਕੇ ਹੋ ਜਾਓ, ਥੋੜ੍ਹੇ ਹੋ ਜਾਓ, ਬਹੁਤਿਆਂ ਦੀ ਲੋੜ ਨਹੀਂ। ਜਿਹੜਾ ਜਦ ਪੱਕੇ ਨਾ ਹੋ ਗਏ ਉਹਨੇ ਤੇ ਗੁਰੂ ਨੇ ਸਾਰੀ ਗੱਲ ਕਰੀ।
ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਇਹ ਬਚਨ ਧਰਮ ਸੁਪਤਨੀ ਨੇ ਚੇਤੇ ਕਰਾਇਆ, ਗੁਰ ਘਰ ਕੀ ਮਰਜਾਦਾ ਪਾਂਚੋ ਪਾਂਚੋ ਪੌਲ ਪੂਰਬ ਤੀਨ, ਹੋਏ ਤਨਖਾਈਆ ਬਖਸ਼ੇ ਪਾਂਚੋ ਪਾਂਚ ਕਰੇ ਨੇ ਫਲ ਨੇ ਚੀਨ, ਸ਼ਾਦਨ ਭੋਜਨ ਅਰਪੈ ਪਾਂਚੋ ਅਰਦਾਸ ਕਰੇ ਮਨ ਪਾਂਛ ਦਲੀ। ਇੱਕ ਵਾਰ ਕਿਤੇ ਗਲਤੀ ਹੋ ਜਾਵੇ ਪੰਜ ਸਿੰਘ ਬੁਲਾਵੇ, ਜਿਹੜੇ ਪੰਜੇ ਹੀ ਅੰਮ੍ਰਿਤਧਾਰੀ ਹੋਣ ਤੇ ਮਰਿਆਦਾ ਵਾਲੇ ਹੋਣ, ਨਿਤਨੇਮ ਵੀ ਹੋਣ, ਨਿਤਨੇਮ ਜਿਹਨੂੰ ਪੰਜ ਬਾਣੀਆਂ ਕੱਢਣੀਆਂ ਪੰਜਾਂ ਵਿੱਚ ਸ਼ਾਮਿਲ ਹੀ ਨਹੀਂ ਹੋ ਸਕਦਾ। ਪ੍ਰਤੀਬੰਧ ਹੈ ਸਿੱਖੀ ਦਾ ਜਿਹੜਾ ਛੱਡ ਗਿਆ, ਜਿਹੜਾ ਪੰਜਾਂ ਬਾਣੀਆਂ ਦਾ ਰਿਤ ਨਿਤ ਨਿਤਨੇਮ ਹੀ ਨਹੀਂ, ਰੋਜ਼ ਨਿਤਨੇਮ ਨਹੀਂ ਕਰਦਾ, ਅੰਮ੍ਰਿਤ ਵੇਲੇ ਨਹੀਂ ਉੱਠਦਾ, ਉਹ ਪੰਜਾਬ ਚ ਆਪਣਾ ਨਾਂ ਨਹੀਂ ਲਿਖਾ ਸਕਦਾ ਗੁਨਾਹਗਾਰ। ਪੰਜ ਸਿੰਘ ਉਦੋਂ ਲੱਭ ਜਾਂਦੇ ਸੀ, ਉਸੇ ਵੇਲੇ ਪੰਜ ਸਿੰਘ ਸ਼ਰਧੇ ਪ੍ਰਸ਼ਾਦ ਸ਼ਿਕਾਇਤ ਅਰਦਾਸ ਕੀਤੀ, ਸਿੱਖ ਦੀ ਮਨੋਕਾਮਨਾ ਪੂਰੀ ਹੋ ਗਈ। ਮਨੋਕਾਮਨਾ ਇਸ ਵੀ ਢਾਲ ਚ ਗੋਲੀ ਨਾ ਮਚੇ, ਮੇਰੇ ਤੋਂ ਗਲਤੀ ਹੋ ਗਈ, ਭੁੱਲ ਹੋ ਗਈ। ਅੰਮ੍ਰਿਤ ਵੇਲਾ ਹੋ ਗਿਆ, ਦੀਵਾਨ ਸੱਜਿਆ, ਸਮਾਪਤੀ ਹੋਈ। ਭਾਈ ਲਾਲ ਸਿੰਘ ਨੂੰ ਹੁਕਮ ਹੋ ਗਿਆ ਰੱਖ ਮੈਦਾਨ ਵਿੱਚ ਢਾਲ, ਭਾਈ ਆਲਮ ਸਿੰਘ ਨੂੰ ਹੁਕਮ ਹੋਇਆ ਨਿਸ਼ਾਨਾ ਲਾ, ਪਹਿਲੀ ਗੋਲੀ ਚਲਾਈ ਵਾਲ ਖਾਲੀ ਗਿਆ, ਦੂਜੀ ਚਲਾਈ ਖਾਲੀ ਗਿਆ, ਤੇ ਜਦੋਂ ਤੀਸਰਾ ਵਾਲ ਖਾਲੀ ਗਿਆ ਨਾ, ਉਦੋਂ ਟੈਂਕ ਦਬਾ ਕੇ ਚਲਾਉਣ ਵਾਲੀਆਂ ਰਾਈਫਲਾਂ ਬੰਦੂਕਾਂ ਨਹੀਂ ਹਨ, ਬਰੂਦ ਕੁੱਟ ਕੇ ਭਰਨ ਵਾਲੀਆਂ ਬੰਦੂਕਾਂ। ਗੁਰੂ ਸਾਹਿਬ ਨੇ ਕਿਹਾ, ਭਾਈ ਆਲਮ ਸਿੰਘ ਜੀ, ਇਹ ਬੰਦੂਕ ਭਰ ਕੇ ਸਾਨੂੰ ਫੜਾਓ, ਸ਼ਾਇਦ ਤੁਹਾਡੇ ਕੋਲੋਂ ਨਿਸ਼ਾਨਾ ਨਹੀਂ ਲੱਗਣਾ। ਤੇ ਭਾਈ ਲਾਲ ਸਿੰਘ ਨੂੰ ਕਿਹਾ, ਖਾਲਸਾ ਜੀ, ਤੁਹਾਨੂੰ ਆਪਣੀ ਢਾਲ ਤੇ ਬੜਾ ਮਾਣ ਹੈ, ਸਾਨੂੰ ਆਪਣੀ ਗੋਲੀ ਤੇ ਬੜਾ ਮਾਣ ਹੈ, ਮੈਂ ਪਈ ਧਰਤੀ ਤੇ ਢਾਲ ਦਾ ਵਾਰ ਨਹੀਂ ਕਰਨਾ, ਇਹਨੂੰ ਚੁੱਕ ਆਪਣੀ ਛਾਤੀ ਦੇ ਰੱਖ ਸਾਹਮਣੇ, ਤੇ ਤੂੰ ਕਹਿਣਾ ਵੀ ਗੋਲੀ ਇਹਦੇ ਚੋਂ ਨਿਕਲਦੀ ਨਹੀਂ, ਜੇ ਤੇਰੀ ਢਾਲ ਨੂੰ ਚੀਰ ਕੇ ਗੋਲੀ ਤੇਰੀ ਪਿੱਠ ਵਿੱਚੋਂ ਨਾ ਨਿਕਲਦੀ ਤੇ ਇਹਦਾ ਨਾਮ ਗੋਲੀ ਨਹੀਂ। ਇਹ ਗੱਲ ਕਿਉਂ ਆਖੀ? ਗੁਰੂ ਤੇ ਅੰਤਰਜਾਮੀ, ਗੁਰੂ ਤੇ ਸਮਰੱਥ ਹੈ, ਗੁਰੂ ਤੇ ਪਦਕ ਪਾਵਨ ਹੈ, ਗੁਰੂ ਤੇ ਕਿਰਪਾ ਨਿਧਾਨ ਹੈ, ਗੁਰੂ ਤੇ ਘੱਟ ਘੱਟ ਕੇ ਅੰਤਰ ਕੀ ਜਾਣਦਾ, ਪਤਾ ਸੀ ਅਰਦਾਸ ਕਰਾ ਲਈਏ, ਵੇਖੀਏ ਭਰੋਸਾ ਵੀ ਰੱਖਦਾ ਕਿ ਨਹੀਂ। ਗੱਲ ਤੇ ਭਰੋਸੇ ਦੀ, ਗੱਲ ਤੇ ਸਿਦਕ ਦੀ। ਭਾਈ ਲਾਲ ਸਿੰਘ ਦਾ ਕਲੇਜਾ ਕੰਬੇ, ਇਹ ਪਰਮ ਨੂੰ ਖਿਆਲ ਆ ਗਿਆ, ਤੂੰ ਅਰਦਾਸ ਕਰਾਈ ਹੈ, ਗੁਰੂ ਸਾਹਿਬ ਕਹਿੰਦੇ ਜੇ ਪਿਆਰੇ ਛੋਲੇ ਹੋ ਤੇ ਆ ਕੇ ਮਰ ਚਲੀ ਹੈ, ਤ੍ਰਿਗ ਜੀਵਨ ਸੰਸਾਰ ਤੱਕ ਹੈ ਪਾਛਾ ਜੀਵਨ, ਹੁਣ ਜੇ ਗੁਰੂ ਹੱਥੋਂ ਮੌਤ ਵੀ ਆ ਗਈ ਤੇ ਪਰਵਾਹ ਨਹੀਂ, ਜਿੱਤੀ ਹੈ, ਹਾਰ ਨਹੀਂ। ਕਈ ਵਾਰੀ ਹਾਰਾਂ ਵਿੱਚ ਜਿੱਤਾਂ ਹੁੰਦੀਆਂ ਤੇ ਜਿੱਤਾਂ ਵਿੱਚ ਹਾਰ ਹੁੰਦੀ ਹੈ, ਇਹਨੂੰ ਸਮਝਣਾ ਔਖੀ ਬਾਤ ਹੈ। ਬਾਣੀ ਤੋਂ ਬਿਨਾਂ ਨਹੀਂ ਸਮਝਿਆ ਜਾਂਦਾ, ਸਿਮਰਨ ਤੋਂ ਬਿਨਾਂ ਸਮਝ ਨਹੀਂ ਪੈਂਦੀ ਵੀ ਗੱਲ ਕੀ ਹੈ। ਭਾਈ ਲਾਲ ਸਿੰਘ ਅੱਗੇ ਵਧਿਆ, ਉਹਨੇ ਢਾਲ ਚੱਕੀ ਆਪਣੀ ਛਾਤੀ ਦੇ ਮੋਹਰੇ ਰੱਖ ਲਈ ਤੇ ਕਹਿ ਰਿਹਾ ਸੀ, ਆ ਤੁਮਰੀ ਕਰੂੰ ਨਿਤ ਆਸ ਪ੍ਰਭੂ ਮੋਹੇ ਤਬ ਗਲ ਲਾਵੇ। Thank you.
ਆਪਣੇ ਖਾਲਸੇ ਦੀ ਰਹਿਨਮਾਈ ਕਰਨ, ਨਵਾਜ ਲੈਣ, ਵਾ